ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ 5ਵੀਂ ਜਮਾਤ ਦਾ ਗਣਿਤ ਸ਼ੁਰੂ ਕੀਤਾ ਹੋਇਆ ਸੀ। ਉਹਦੇ 2.3 ਅਭਿਆਸ ਦੇ 15 ਨੰਬਰ ਸਵਾਲ 'ਤੇ ਆ ਗਏ, ਧਿਆਨ ਨਾਲ ਪੜ੍ਹੋ। ਕਹਿੰਦਾ, ਸੰਦੀਪ ਦੇ ਬੈਂਕ ਖਾਤੇ ਵਿੱਚ 78,500 ਰੁਪਈਏ ਹਨ। ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਹੋਰ ਰੁਪਈਏ ਜਮ੍ਹਾਂ ਕਰਾਏ ਕਿ ਉਸਦੇ ਖਾਤੇ ਵਿੱਚ 1 ਲੱਖ ਰੁਪਏ ਪੂਰੇ ਹੋ ਜਾਣ? ਠੀਕ ਹੈ, ਤਾਂ ਬੇਟਾ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਜੇ ਤੁਸੀਂ ਐਕਸ ਮੰਨ ਕੇ, ਵੈਸੇ ਤਾਂ ਸਿੰਪਲ ਘਟਾਓ ਦਾ ਹੈਗਾ, ਪਰ ਤੁਸੀਂ ਹੁਣੇ ਤੋਂ ਹੀ ਐਕਸ ਮੰਨਣਾ ਸਿੱਖ ਲਓ। ਮੰਨੋ ਰੁਪਈਏ ਜਮ੍ਹਾਂ ਕਰਵਾਏ ਬਰਾਬਰੇ ਐਕਸ, ਮੰਨੋ ਰੁਪਈਏ ਜਮ੍ਹਾਂ ਕਰਵਾਵੇ ਐਕਸ। ਹੁਣ ਹੈ ਨਾ 78 ਹਰਾ, ਹੁਣ ਆਪਾਂ ਸਟੇਟਮੈਂਟ ਕੀ ਬਣ ਗਈ, 78,500 ਜਮ੍ਹਾਂ ਐਕਸ ਕਿੰਨੇ ਬਣ ਜਾਣੇ ਚਾਹੀਦੇ ਆ? 1,100,000। ਠੀਕ ਆ, ਹੁਣ ਬੇਟਾ ਇਹ ਜੇ ਕੋਈ ਨਿਸ਼ਾਨੀ ਨਹੀਂ ਤਾਂ ਜਮ੍ਹਾਂ ਦੀ ਹੁੰਦੀ ਹੈ। ਹੁਣ ਐਕਸ ਦੀ ਕੀਮਤ ਅਸੀਂ ਕਿਵੇਂ ਕੱਢਾਂਗੇ? ਇਹਦੇ ਵਿੱਚੋਂ ਇਹ ਘੱਟ ਜਾਣਾ, ਕਿਉਂਕਿ ਮੈਂ ਤੁਹਾਨੂੰ ਉਹ ਪਹਿਲਾਂ ਵੀ ਉਹਦੇ ਰੂਲ ਦੱਸੇ ਸੀ, ਜਮ੍ਹਾਂ ਦੀ ਰਕਮ ਬਰਾਬਰ ਦੇ ਉੱਧਰ ਜਾ ਕੇ ਘਟਾਓ 'ਚ, ਘਟਾਓ ਦੀ ਰਕਮ ਜਮ੍ਹਾਂ ਦੇ ਵਿੱਚ, ਗੁਣਾ ਦੀ ਰਕਮ ਹੈ ਜਿਹੜੀ ਉੱਧਰ ਜਾ ਕੇ ਭਾਗ ਦੇ ਵਿੱਚ, ਅਤੇ ਭਾਗ ਦੀ ਰਕਮ ਉੱਧਰ ਜਾ ਕੇ ਬਰਾਬਰੇ ਦੇ ਗੁਣਾ ਦੇ ਵਿੱਚ ਬਦਲ ਜਾਂਦੀ ਹੈ। ਇਹ ਬੇਟਾ ਕੋਈ ਨਿਸ਼ਾਨੀ ਨਹੀਂ ਤਾਂ ਜਮ੍ਹਾਂ ਦੀ ਰਕਮ ਹੈ, ਉੱਧਰ ਜਾ ਕੇ ਘਟਾਓ 'ਚ ਬਦਲ ਜਾਣੀ ਹੈ। ਤਾਂ ਐਕਸ ਬਰਾਬਰੇ 100,000 ਜਾਂ 1 ਲੱਖ ਘਟਾਓ 78,500। ਲਓ ਬੇਟਾ ਆਪਾਂ ਘਟਾਉਂਦੇ ਹਾਂ, 0 ਚੋਂ 0 ਗਏ 0, 0 ਚੋਂ 0 ਗਏ 0, 10ਾਂ ਚੋਂ 5 ਗਏ 5, ਇੱਥੇ 9 ਰਹਿ ਗਏ, 9ਾਂ ਚੋਂ 8 ਗਏ 1, ਇੱਥੇ ਵੀ 9 ਰਹਿ ਗਏ, 9ਾਂ ਚੋਂ 7 ਗਏ 2। ਤਾਂ ਇਹ 3ਾਂ ਬਾਅਦ ਕੌਮਾ, ਇੱਥੇ 21,500 ਰੁਪਈਏ ਉੱਤਰ ਆ ਗਿਆ ਇਹਦਾ। ਠੀਕ ਹੈ ਬੇਟਾ, ਇਦੋਂ ਬਾਅਦ ਦੇ ਵਿੱਚ ਬੇਟਾ ਇਸੇ ਐਕਸਰਸਾਈਜ਼ ਦਾ ਆਖਰੀ ਸਵਾਲ, 16 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਅਸੀਂ। ਤਾਂ ਬੇਟਾ ਇਹ ਵੀ ਧਿਆਨ ਦੇ ਨਾਲ ਦੇਖ ਲਓ, ਸੌਖਾ ਹੀ ਸਵਾਲ ਹੈਗਾ, 16 ਨੰਬਰ ਸਵਾਲ ਆ ਜਿਹੜਾ। ਤਾਂ 16 ਨੰਬਰ ਸਵਾਲ ਦੇ ਵਿੱਚ ਬੇਟਾ ਕੀ ਕਹਿੰਦਾ ਪਿਆ, ਕਹਿੰਦਾ ਸਿੰਪਲ ਆ, ਕਹਿੰਦਾ ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਸ਼੍ਰੀਨਗਰ ਤੱਕ 435 ਕਿਲੋਮੀਟਰ ਕਾਰ ਚਲਾਉਂਦਾ, ਅਗਲੇ ਦਿਨ ਉਹ 380 ਕਿਲੋਮੀਟਰ ਕਾਰ ਚਲਾਉਂਦਾ, 2 ਦਿਨਾਂ ਵਿੱਚ ਕੁੱਲ ਕਿੰਨੀ ਦੂਰੀ ਤੈਅ ਕੀਤੀ? ਤਾਂ ਬੇਟਾ ਤੁਸੀਂ ਸਿੰਪਲ ਲਿਖ ਦਿਓ, ਪਹਿਲੇ ਦਿਨ ਦੂਰੀ, ਤੈਅ ਦੂਰੀ ਕਿੰਨੀ ਹੈ ਬੇਟਾ? 435 ਕਿਲੋਮੀਟਰ, 435। ਤਾਂ ਦੂਜੇ ਦਿਨ ਕਿੰਨੀ ਦੂਰੀ ਤੈਅ ਕੀਤੀ ਬੇਟਾ? 380। ਹੁਣ ਉਹ ਪੁੱਛਦਾ ਪਿਆ ਵੀ ਕੁੱਲ ਦੂਰੀ ਕਿੰਨੀ ਤੈਅ ਕੀਤੀ? ਕੁੱਲ ਦੂਰੀ ਬਰਾਬਰੇ 5 ਦੇ 5, 13 ਚੋਂ 8 ਗਏ 5, 3ਾਂ ਚੋਂ 3 ਗਏ, ਉਸ ਹਾਂ ਬੇਟਾ, ਤਾਂ ਕੁੱਲ ਦੂਰੀ ਆਪਾਂ ਸ਼ੋ ਕਰਨੀ ਹੈ। ਹਾਂ ਬੇਟਾ, ਹੁਣ ਕੁੱਲ ਦੂਰੀ ਆਪਾਂ ਜੋੜਾਂਗੇ ਇਹਨੂੰ। ਠੀਕ ਹੈ, ਤਾਂ 5 ਦੇ 5, 8 ਤੇ 3 11, 1 ਹੰਸਲ ਆ ਗਿਆ, 1 ਤੇ 4 5 ਤੇ 3 8। ਤਾਂ ਕਿੰਨੀ ਕੁੱਲ ਦੂਰੀ ਤੈਅ ਕੀਤੀ 2 ਦਿਨਾਂ ਦੇ ਵਿੱਚ? 815
815 ਕਿਲੋਮੀਟਰ, ਇਹ ਸਾਡਾ ਉੱਤਰ ਆ ਗਿਆ ਬੇਟਾ। ਠੀਕ ਹੈ, ਇਹਦੇ ਨਾਲ ਹੀ ਇਹ ਅਭਿਆਸ ਕੰਪਲੀਟ ਹੋ ਗਿਆ। ਤੁਸੀਂ ਜੋ ਅਗਲਾ ਅਭਿਆਸ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ, ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।